ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੰਗੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਟੀਕੇ ਦੇ ਖੋਜ ਕਾਰਜਾਂ ਤੇ ਉਪਲਬਧਤਾ ਦੇ ਪ੍ਰਬੰਧਨ ਦੀ ਸਮੀਖਿਆ ਕੀਤੀ ਕਰੋਨਾ ਨਮੂਨਿਆਂ ਦੀ ਜਾਂਚ ਟੀਕੇ ਅਤੇ ਇਲਾਜ ਦੀ ਸਸਤੀ ਦਰ ਦੇਸ਼ ਅਤੇ ਦੁਨੀਆ ਪਰ ਲਈ ਉਪਲਬਧ ਕਰਾਉਣ ਦੀ ਵਚਨਬੱਧਤਾ ਦੁਹराई ਮੁੱਖ ਮੰਤਰੀ ਨੇ ਸੂਬੇ ਚੋਪੀਡੀ ਸੇਵਾਮਾ ਤੇ ਚੌਨਵੀਂ ਆਪਰੇਸ਼ਨ ਮੁਰ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਰਕਾਰੀ ਸਕੂਲ 19 ਅਕਤੂਬਰ ਤੋਂ ਸ਼ਰਤਾਂ ਸਮੇਤ ਖੋਲਣ ਦੀ ਇਜਾਜ਼ਤ ਸੂਬੇ ਦੇ ਸਰਪੰਚਾਂ ਨੂੰ ਸ਼ਰਾਰਤੀ ਅੰਸਰਾਂ ਵੱਲੋਂ ਕੋਵਿਡ-19 ਸੰਬੰਧੀ ਫੈਲਾਏ ਜਾ ਰਹੇ ਝੂਠ ਖਿਲਾਫ ਡਟਣ ਦਾ ਸੱਦਾ ਦਿੱਤਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਖੇਤੀ ਕਾਨੂੰਨਾਂ ਤੇ ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਤੇ ਆੜਤੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੇ ਗਏ ਜੋ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਸਾਬਤ ਹੋਣਗੇ ਕਿਸਾਨਾਂ ਨੇ ਸਮ੍ਰਿਤੀ ਇਰਾਨੀ ਵੱਲੋਂ ਉਨ੍ਹਾਂ ਦੀਆਂ ਸ਼ੰਕਿਆਂ ਨੂੰ ਦੂਰ ਕਰਨ ਤੇ ਤਸੱਲੀ ਪ੍ਰਗਟ ਕੀਤੀ ਭਾਰਤ ਨੇ ਕਹਿ ਕੇ ਚੀਨ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਪਾਕਿਸਤਾਨ ਨੂੰ ਗਲਤ ਬਦਸਲਿਹਾ ਭੇਜੇ ਜਾਣ ਦੇ ਦਾਅਵੇ ਨੂੰ ਸਿਰਿਉਂ ਖਾਰਜ ਕੀਤਾ ਤੇ ਹੁਣ ਖਬਰਾਂ ਨਾਲ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਦੇ ਟੀਕੇ ਸੰਬੰਧੀ ਹੁਣ ਤੱਕ ਹੋਈ ਖੋਜ ਅਤੇ ਕਰੋਨਾ ਦੇ ਨਮੂਨਿਆਂ ਦੀ ਜਾਂਚ ਲਈ ਟੈਕਨੋਲੋਜੀ ਦੀ ਵਰਤੋਂ ਸਮੇਤ ਕਰੋਨਾ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਗਾਉਣ ਲਈ ਕੀਤੇ ਜਾ ਰਹੇ ਉਪਰਾਹਿਆਂ ਦੀ ਇਸ ਮੀਟਿੰਗ ਕੀਤੀ ਇਸ ਵਰਚੁਅਲ ਮੀਟਿੰਗ ਦੌਰਾਨ ਉਨ੍ਹਾਂ ਕਰੋਨਾ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਉਪਲਬਧਤਾ ਅਤੇ ਡਾਕਟਰੀ ਤਾਣੀ ਬਣਦੀ ਇਸ ਮੁੱਚੀ ਵਿਵਸਥਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਪ੍ਰਧਾਨ ਮੰਤਰੀ ਨੇ ਕੋਵਿਡ 19 ਦੇ ਇਲਾਜ ਲਈ ਟੀਕਾ ਵਿਕਸਿਤ ਕਰਨ ਵਾਲੇ ਵਿਗਿਆਨੀਆਂ ਤੇ ਦਵਾਈ ਕੰਪਨੀ ਦਿਸ਼ਲਾਗਾ ਕੀਤੀ ਉਨ੍ਹਾਂ ਕਿਹਾ ਕਿ ਅਜਿਹੀ ਉਪਰਾਲਿਆਂਲ ਵਿਗਿਆਨੀਆਂ ਤੇ ਕੰਪਨੀਆਂ ਦੀ ਸਿਹਤ ਯਾਬੀ ਲਈ ਵਚਨਬੱਧਤਾ ਚਲਕਦੀ ਹੈ ਪ੍ਰਧਾਨ ਮੰਤਰੀ ਨੇ ਕਰੋਨਾ ਨਮੂਨਿਆਂ ਦੀ ਜਾਂਚ ਨੂੰ ਵਧਾਉਣ ਤੇ ਇਸ ਨੂੰ ਨਿਰੰਤਰ ਜਾਰੀ ਰੱਖਣ ਦੀ ਸਲਾਹ ਦਿੰਦਿਆਂ ਟੈਸਟਿੰਗ ਦੀ ਸਹੂਲਤ ਘੱਟ ਖਰਚ ਤੇ ਛੇਤੀ ਉਪਲਬਧ ਕਰਾਉਣ ਦੀ ਵੀ ਸਲਾਹ ਦਿੱਤੀ ਪ੍ਰਧਾਨ ਮੰਤਰੀ ਨੇ ਕੋਵਿਡ-19 ਦਾ ਟੀਕਾ ਤਿਆਰ ਹੋਣ ਮਗਰੋਂ ਸਿਹਤ ਮੰਤਰਾਲੇ ਵੱਲੋਂ ਇਸ ਦੀ ਵੰਡ ਅਤੇ ਆਮ ਲੋਕਾਂ ਤੱਕ ਇਸ ਦੀ ਪਹੁੰਚ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਵੀ ਜ਼ਾਇਜ਼ਾ ਲਿਆ ਪ੍ਰਧਾਨ ਮੰਤਰੀ ਨੇ ਲਗਾਤਾਰ ਤੇ ਸਹੀ ਵਿਗਿਆਨਿਕ ਜਾਂਚ ਦੇ ਨਾਲ-ਨਾਲ ਪੁਰਾਤਨ ਪદ્ધਤੀ ਨਾਲ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੈਦਤਾ ਤੇ ਵੀ ਜ਼ੋਰ ਦੇਣ ਦੀ ਹਦਾਇਤ ਦਿੱਤੀ। ਉਹਨਾਂ ਕਰੋਨਾ ਮਹਾਮਾਰੀ ਦੀ ਔਖੀ ਕੜੀ ਦੌਰਾਨ ਆਯੂਸ਼ ਮੰਤਰਾਲੇ ਵੱਲੋਂ ਸਬੂਤਾਂ ਤੇ ਆਧਾਰਿਤ ਕੀਤੀ ਗਈ ਖੋਜ ਅਤੇ ਪਰੋਸੀਯੁਗ ਹੱਲ ਉਪਲਬਧ ਕਰਾਉਣ ਦੀ ਵੀ ਛਲੱਗ ਕੀਤੀ। ਪ੍ਰਧਾਨ ਮੰਤਰੀ ਨੇ ਨਮੂਨਿਆਂ ਦੀ ਜਾਂਚ, ਟੀਕੇ ਤੇ ਇਲਾਜ ਲਈ ਸਸਤੀ ਦਰ ਤੇ ਆਸਾਨੀ ਨਾਲ ਉਪਲਬਧਤਾ ਨੂੰ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਉਪਲਬਧ ਕਰਾਉਣ ਬਾਰੇ ਤੇਜ਼ੀ ਦੀ ਵਚਨ ਬੱਤਾ ਧੋرائی ਉਹਨਾਂ ਇਸ ਮਹਾਮਾਰੀ ਨਾਲ ਜੁਟਣ ਲਈ ਲਗਾਤਾਰ ਚੌਕਸ ਰਹਿਣ ਅਤੇ ਪੂਰੀ ਤਿਆਰੀ ਨਾਲ ਇਸ ਖਿਲਾਫ ਡਟਣ ਦਾ ਸੱਦਾ ਦਿੱਤਾ ਮੀਟਿੰਗ 'ਚ ਸੇਤ ਮੰਤਰੀ ਡਾਕਟਰ ਹਰਸ਼ਵਰਧਨ ਨੀਤੀ ਆਯੂਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਪ੍ਰਿੰਸੀਪਲ ਵਿਗਿਆਨਿਕਸ ਲਾ ਕੇ ਪ੍ਰੋਫੈਸਰ ਜੇ ਵਿਜੇ ਰਾਗਵੰਦ ਸਮੇਤ ਕਈ ਉੱਗੇ ਵਿਗਿਆਨੀਆਂ ਡਾਕਟਰਾਂ ਤੇ ਅਧਿਕਾਰੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ ਪੰਜਾਬ ਸਰਕਾਰ ਨੇ ਸੂਬੇ 'ਚ 19 ਅਕਤੂਬਰ ਤੋਂ ਸਰਕਾਰੀ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਜਾਰੀ ਹੁਕਮਾ 'ਚ ਕਿਹਾ ਕਿ ਬੱਚਿਆਂ ਨੂੰ ਸਕੂਲ ਬੁਲਾਉਣ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ ਸੂਬੇ 'ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋ ਮੁੱਖ ਮੰਤਰੀ ਨੇ ਸੂਬੇ 'ਚ OPD ਅਤੇ ਹਸਪਤਾਲਾਂ 'ਚ ਆਪਰੇਸ਼ਨ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਖਿਆ ਕਿ ਉਹ ਆਪਣੀਆਂ ਕੰਮ ਕਰਨ ਵਾਲੀਆਂ ਥਾਵਾਂ ਤੇ ਸਵੱਛਤਾ ਤੇ ਰੋਗਾਂ ਨੂੰ ਮੁਕਤ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਗੰਭੀਰਤਾ ਨਾਲ ਜਾਰੀ ਰੱਖਣ। ਉਨ੍ਹਾਂ ਤਿਉਹਾਰਾਂ ਦੇ ਮੌਸਮੀਆ ਸਰਦੀਆਂ ਦੇ ਮਹੀਨਿਆਂ ਦੌਰਾਨ ਕਰੋਨਾ ਸਮੇਤ ਹੋਰਨਾਂ ਬਿਮਾਰੀਆਂ ਦੇ ਫੈਲਣ ਦੀਆਂ ਸੰਭਾਵਨਾਵਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਾਂ ਸਬੰਧਿਤ ਵਿਭਾਗਾਂ ਨੂੰ ਯਕੀਨੀ ਬਣਾਉਣ ਲਈ ਕਿ ਉਹ ਫੌਰੀ ਜੇ ਕਦਮ ਚੁੱਕਣ ਤਾਂ ਜੋ ਸਥਿਤੀ ਕਾਬੂ ਹੇਠ ਰਹੇ ਮੁੱਖ ਮੰਤਰੀ ਨੇ ਤਿਉਹਾਰਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਕਾਮਿਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਮਾਰਕੀਟ ਕਮੇਟੀਆਂ ਨਾਲ ਮਿਲ ਕੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਮੀਟਿੰਗ ਦੌਰਾਨ ਸੂਬੇ ਦੇ ਪੁਲਿਸ ਮੁਖੀ ਦਨਕਰ ਗੁਪਤਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਪੁਲਿਸ ਹੋਰ ਚੌਕਸ ਹੋ ਗਈ ਹੈ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟਕਵੇਂ ਉਪਰਾਲੇ ਕੀਤੇ ਜਾ ਰਹੇ ਨੇ ਸੋ ਇਲਾਵਾ ਰਾਮਲੀਲਾ ਵਲੀਆਂ ਥਾਮਾਂ ਅਤੇ ਬਾਜ਼ਾਰਾਂ 'ਚ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣੀ ਹੋ ਕਦਮ ਚੁੱਕੇ ਜਾ ਰਹੇ ਨੇ ਪੁਲਿਸ ਮੁਖੀ ਨੇ ਦੱਸਿਆ ਕਿ ਕੋਵਿਡ ਨੂੰ ਨਿਕਾਰਨ ਪੰਜਾਬ ਪੁਲਿਸ ਦੇ 39 ਅਫਸਰ ਅਤੇ ਜਵਾਨ ਆਪਣੀਆਂ ਜਵਾਨ ਜਾਨਾਂ ਗਵਾ ਚੁੱਕੇ ਨੇ ਸਿਹਤਕਰਤਾ ਹੁਸਨ ਲਾਲ ਨੇ ਕਿਹਾ ਕਿ ਸੂਬੇ 'ਚ ਕਰੋਨਾ ਦੇ ਮਾਮਲੇ ਘਟਣ ਦੇ ਬਾਵਜੂਦ ਇਸ ਮਹਾਮਾਰੀ ਨਾਲ ਮਨਵਲਿਆਂ ਦੀ ਦਰ ਅਜੇ ਵੀ ਵੱਧ ਹੈ ਜਿਹੜੀ ਕੌਮੀ ਔਸਤ 81 ਦੇ ਮੁਕਾਬਲੇ 131 ਹੈ ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਸਪਸ਼ਟ ਕੀਤਾ ਹੈ ਕਿ 19 ਅਕਤੂਬਰ ਤੋਂ 9 ਤੋਂ 12 ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲੇ ਜਾ ਰਹੇ ਨੇ ਅਤੇ ਕੰਟੇਨਮੈਂਟ ਜ਼ੋਨਾਂ 'ਚ ਸਕੂਲ ਖੋਲਣ ਦੀ ਇਜਾਜ਼ਤ ਨਹੀਂ ਹੋਵੇਗੀ। ਅੱਜ ਮੈਂ ਫੇਰ ਆਪਣੇ ਪੰਜਾਬ ਦੇ ਬੱਚਿਆਂ ਨਾਲ ਗੱਲ ਕਰਨ ਵਾਸਤੇ ਹਾਜ਼ਰ ਹੋਏ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੀ ਸਰਕਾਰ ਨੇ ਕੈਪਟਨ ਅਬਰਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਜੋ ਭਾਰਤ ਸਰਕਾਰ ਦੀ ਗਾਈਡਲਾਈਨਜ਼ ਆਈਆਂ ਸੀ, ਉਹਨਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਖੋਲਣ ਦਾ ਫੈਸਲਾ ਕੀਤਾ ਹੈ। 19 ਤਰੀਕ ਤੋਂ ਸੋਮਵਾਰ ਤੋਂ 19 ਅਕਤੂਬਰ ਤੋਂ ਅਸੀਂ ਸਕੂਲ ਖੋਲਣ ਜਾ ਰਹੇ ਹਾਂ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਵਾਸਤੇ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਕੇ ਔਰ ਹਰ ਚਾਹੇ ਉਹ ਸਕੂਲ ਮੈਨੇਜਮੈਂਟ ਹੈ ਚਾਹੇ ਉਹ ਬੱਚੇ ਹਨ ਬੱਚਿਆਂ ਦੇ ਪੇਰੈਂਟਸ ਹਨ ਹਰ ਬੰਦਾ ਇਸ ਗੱਲ ਦੇ ਵਿੱਚ ਜ਼ਿੰਮੇਵਾਰੀ ਨਾਲ ਕੰਮ ਕਰੂਗਾ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਸ ਜ਼ਿੰਮੇਵਾਰੀ ਦੇ ਨਾਲ ਆਪਣਾ ਆਪਣਾ ਹਿੱਸਾ ਪਾਓਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਸਰਪੰਚਾਂ ਨੂੰ ਅਪੀਲ ਕੀਤੀ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੋਵਿਡ-19 ਸੰਬੰਧੀ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰਨ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਲਿਖਿਤ ਚਿੱਠੀ ਚੁਕਾਇਆ ਕਿ ਉਹ ਪਿੰਡ ਦੇ ਮੁਖੀ ਹੋਣਾਂ ਦੇ ਨਾਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਸੰਬੰਧੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਲੋਕਾਂ 'ਚ ਜਾ ਕੇ ਕਰੋਨਾ ਸੰਬੰਧੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਅਤੇ ਬੇਤੁੱਕੇ ਝੂਠਾਂ ਦੀ ਅਸਲ ਹਕੀਕਤ ਦੱਸਣ ਲਈ ਕਿਹਾ। ਆਉਂਦੇ ਤਿਉਹਾਰਾਂ ਦੇ ਮੌਸਮ 'ਚ ਪਿੰਡ ਦੇ ਲੋਕਾਂ ਕਨਵਿਸ ਮੁਹੰਮਦ ਇਹਨਾਂ ਲੜਨ ਦੀ ਡਟ ਕੇ ਖੜਨ ਅਤੇ ਸਰਕਾਰ ਦੇ ਹੱਥ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ ਹੈ ਮੁੱਖ ਮੰਤਰੀ ਨੇ ਲਿਖਿਆ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਬਖੂ ਵਖਰੇ ਉਪਰਾਲਿਆਂ ਨਾਲ ਕਰੋਨਾ ਦੀ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ ਪਰ ਇਹ ਸੁਧਾਰ ਤਾਂ ਹੀ ਜਾਰੀ ਰਹਿ ਸਕਦਾ ਹੈ ਜੇ ਸੂਬੇ ਦੇ ਲੋਕ ਸਿਹਤ ਵਿਭਾਗ ਵੱਲੋਂ ਸੁਝਾਏ ਗਏ ਮੁੱਦਿਆਂ ਦੀ ਇਨ ਬਿਨ ਪਾਲਣਾ ਕਰਨ ਉਨਾਕਿ 2 ਇਸ ਬਿਲੇ ਪਿੰਡਾਂ ਤੇ ਲੋਕ ਚੂਨੇ ਦੀ ਵੱਡੀ ਅਤੇ ਲਿਫਟਿੰਗ ਵਿੱਚ ਰੁੱਝੇ ਹੋਏ ਨੇ ਜਦਕਿ ਸਰਕਾਰ ਖਰੀਦਕਾਰਾਂ ਨੂੰ ਅੰਜਾਮ ਤਿੰਨ ਵਿੱਚ ਰੁੱਝੀ ਹੋਈ ਹੈ ਅਜਿਹੀ ਸਥਿਤੀ 'ਚ ਚੌਕਸ ਰਹਿਣਾ ਜ਼ਿਆਦਾ ਜ਼ਰੂਰੀ ਹੈ ਮੁੱਖ ਮੰਤਰੀ ਨੇ ਸਰਪੰਚਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਪਿੰਡ ਵਿੱਚ ਕਿਸੇ ਵਿਅਕਤੀ 'ਚ ਕਰੋਨਾ ਦੇ ਲੱਛਣ ਦੇਖਣ ਨੂੰ ਮਿਲਦੇ ਨਾ ਤੇ ਪਿੰਡ ਦੇ ਮੁਖੀ ਹੋਣ ਦੇ ਨਾਤੇ ਸਰਪੰਚ ਉਸ ਵਿਅਕਤੀ ਨੂੰ ਟੈਸਟ ਕਰਾਉਣ ਲਈ ਉਤਸ਼ਾਹਿਤ ਕਰਨੀ ਇਸ ਤੋਂ ਇਲਾਵਾ ਸਰਪੰਚਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰੋਨਾ ਦੀ ਚਪੇਟ ਵਿੱਚ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਕਿਹੜੇ-ਕਿਹੜੇ ਲੋਕ ਨੇ ਤੇ ਉਹਨਾਂ ਨੂੰ ਵੀ ਸੁਚੱਜੇ ਟੰਗ ਨਾਲੇ ਕਾਂਥ ਵਾਸ ਵਿੱਚ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਹਨਾਂ ਇਸ ਗੱਲ ਤੇ ਵੀ ਵਿਸ਼ੇਸ਼ ਧਿਆਨ ਦੇਣ ਲਈ ਕਿ ਅਜੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਬਿਤਕਰਾ ਨਾ ਰੱਖਿਆ ਜਾਵੇ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਸਮਾਜਿਕ ਦੂਰੀ ਦੀ ਇਸ ਲਾ ਨੂੰ ਧਿਆਨ ਵਿੱਚ ਰੱਖਣ। ਇਸ ਤੋਂ ਇਲਾਵਾ ਮਾਸਕ ਪਾਉਣ ਅਤੇ ਜਨਤਕ ਇਕੱਠਾਂ ਤੋਂ ਦੂਰ ਰਹਿਣ। ਮਹਾਮਾਰੀ ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਵਾਲੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਕਿੱਤਾ ਵੰਡੀਆਂ ਜਾਰੀਆਂ ਨੇ ਜਿਨ੍ਹਾਂ ਚ ਲੋੜੀਂਦੇ ਦੀਆਂ ਦਵਾਈਆਂ थर्मामीटर ਪਲਸ ਆਕਸਮੀਟਰ ਸੈਨੀਟਾਈਜ਼ਰ ਅਤੇ ਹੋਰ ਜ਼ਰੂਰੀ ਸਮਗਰੀ ਸ਼ਾਮਿਲ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਗਰੀਬ ਕਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਾਸ਼ਨ ਅਤੇ ਖਾਣੇ ਦੇ ਮੁਫਤ ਪੈਕੇਟ ਵੀ ਵੰਡੇ ਜਾ ਰਹੇ ਨੇ ਮੁੱਖ ਮੰਤਰੀ ਨੇ ਕਰੋਨਾ ਜਾਂ ਸਿਹਤ ਨਾਲ ਜੁੜੇ ਕਿਸੇ ਵੀ ਮੁੱਦੇ ਬਾਰੇ ਕੋਈ ਵੀ ਜਾਣਕਾਰੀ حاصل ਕਰਨ ਲਈ ਇੱਕ ਸਮਰਪਿਤ ਟੋਲ ਫ੍ਰੀ ਹੈਲਪਲਾਈਨ 10430 ਸ਼ੁਰੂਆਤ ਕੀਤੀ ਗਈ ਹੈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਖੇਤੀ ਕਾਨੂੰਨਾਂ ਤੇ ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਤੇ ਆਰਤੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਸਾਨਾਂ ਦੇ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸਮ੍ਰਿਤੀ ਇਰਾਨੀ ਨੇ ਕਿਸਾਨਾਂ ਨੂੰ ਸਮਝਾਇਆ ਕਿ ਸਰਕਾਰ ਐਮਐਸਪੀ ਖਤਮ ਕਰਨ ਜਾਂ ਮੰਡੀਆਂ ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੀ ਅਤੇ ਵਿਰੋਧੀ ਪਾਰਟੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸਤ ਕਰ ਰਹੀਆਂ ਨੇ ਤੇ ਝੂਠ ਫੈਲਾ ਕੇ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਕੇ ਲਿਆਂਦੇਗੇ ਜੋ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਸਾਬਿਤ ਹੋਣਗੇ। ਸੁਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਖੇਤੀ ਬਿੱਲਾਂ 'ਚ ਵਕਫ ਵਕ ਪ੍ਰਬੰਧਨ ਤੇ ਸਾਰਥਕ ਚਰਚਾ ਕਰਨ ਦੀ ਥਾਂ ਸੰਸਦੀ ਮर्याਦਤਾਂ ਦੀਆਂ ਤੱਜੀਆਂ ਉਡਾਈਆਂ ਨਾ ਕਿ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਸਕੀਮਾਂ ਲਿਆਂਦੀਆਂ ਗਈਆਂ ਜਿਨ੍ਹਾਂ 'ਚ ਕ੍ਰੈਡਿਟ ਕਾਰਡ, ਸੋਇਲ ਹੈਲਥ ਕਾਰਡ, ਪ੍ਰਧਾਨ ਮੰਤਰੀ ਕਿਸਾਨ ਨਦੀ ਯੋਜਨਾ ਆਦਿ ਸ਼ਾਮਲ ਨੇ। केंद्रीय मंत्री ने भरोसा दवाया कि केंद्र सरकार किसानों की आमदन दुगुना करने लत्नशील है खेती कानून वड्डी मदद मिलेगी कांग्रेस पार्टी को देश के और पंजाब के किसान को जवाब देना होगा कि छह दशकों से ज्यादा तुम्हारी सत्ता थी केंद्र में तब तुमने ऐसी व्यवस्था क्यों नहीं की जिसके अंदर किसान के बैंक के खाते में सीधा पैसा जाए एक संकल्प लिया मोदी सरकार ने कि दो लाख करोड़ रुपया किसान क्रेडिट कार्ड के माध्यम से किसानों को सीधा उपलब्ध कराया जाएगा अब तक एक करोड़ अड़तालीस लाख किसानों को किसान क्रेडिट कार्ड देने वाली सरकार अगर कोई है तो वो नरेंद्र मोदी की भाजपानेत केंद्र की सरकार है ਸਮ੍ਰਿਤੀ ਇਰਾਨੀ ਨੇ ਬਟਿੰਡਾ ਤੇ ਫਰੀਦਕੋਟ ਜ਼ਿਲ੍ਹੇ ਦੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਪੰਜਾਬ ਵਿਧਾਨ ਸਭਾ ਦੇ 19 ਅਕਤੂਬਰ ਨੂੰ ਸੱਦੇ ਕੇ ਵਿਸ਼ੇਸ਼ اجلاس ਦੌਰਾਨ ਕੀਤੇ ਕਾਨੂੰਨਾਂ ਨੂੰ ਹਾਰਜ ਕਰਨ ਬਾਰੇ ਪੰਜਾਬ ਸਰਕਾਰ ਵੱਲੋਂ ਕਾਨੂੰਨ ਲਿਆਏ ਜਾਣ ਦੀ ਸੰਭਾਵਨਾ ਬਾਰੇ ਪੁੱਛੇ ਗਏ ਸਵਾਲ ਤੇ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਕਾਨੂੰਨਾਂ ਦੇ ਪਾਸ ਹੋਣ ਦੇ ਤੁਰੰਤ ਬਾਅਦ ਹੀ ਖੇਤੀ ਬਿੱਲਾਂ ਤੇ ਵਿਰੋਧ ਵਿੱਚ ਮਤੇ ਪਾਸ ਕਰਨ ਸੰਬੰਧੀ ਐਲਾਨ ਕਰ ਦਿੱਤਾ ਸੀ ਕੇਂਦਰੀ ਮੰਤਰੀ ਸਮ੍ਰਿਤੀ ਰਾਣੀਨਲ ਵਰਜੂਲ ਮੀਟਿੰਗ ਤੋਂ ਬਾਅਦ ਕਿਸਾਨਾ ਨੇ ਪ੍ਰਸਾਰ ਪਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਮੀਟਿੰਗ ਨਾਲ ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗਲਤ ਫਹਿਮੀਆਂ ਦੂਰ ਹੋਈਆਂ ਨੇ ਅਤੇ ਉਹ ਇਸ ਮੀਟਿੰਗ ਤੋਂ ਸੰਤੁਸ਼ਟ ਨੇ ਪਟੰਡਾ ਜ਼ਿਲ੍ਹੇ ਦੇ ਕਿਸਾਨ ਮੇਜਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਹੋ ਰਹੇ ਧਰਨੇ ਕਾਂਗਰਸ ਪਾਰਟੀ ਦੀ ਸ਼ੈਤੇ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ 70 ਸਾਲ ਰਾਜ ਕੀਤਾ ਪਰ ਉਸ ਨੇ ਕਿਸਾਨਾਂ ਦੀ ਭਲਾਈ ਲਈ ਕੋਈ ਸਕੀਮਾਂ ਨਹੀਂ ਲਿਆਂਦੀਆਂ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਵਾਸਤੇ ਕਈ ਸਕੀਮਾਂ ਚਲਾਈਆਂ ਜਿਸ ਦਾ ਕਿਸਾਨ ਪਲੇਟ ਨੇ ਉਹਨਾਂ ਕਹੇ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਇਸੇ ਤਰ੍ਹਾਂ ਹੀ ਖੋਰ ਕਿਸਾਨ ਪ੍ਰਧਪਾਲ ਸਿੰਘ ਨੇ ਕਹੇ ਕਿ ਸਮ੍ਰਿਤੀ ਰਾਣੀ ਨੇ ਐਮਐਸਪੀ ਤੇ ਮੰਡੀਆਂ ਬਹਾਲ ਰਣ ਬਾਰੇ ਉਹਨਾਂ ਨੂੰ ਤਸੱਲੀ ਬਖਸ਼ ਢੰਗ ਨਾਲ ਸਮਝਾਇਆ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਭ ਗੱਲਾਂ ਸਪਸ਼ਟ ਹੋਣ ਤੋਂ ਬਾਅਦ ਤਰਨੇ ਨਹੀਂ ਹੋਣੇ ਚਾਹੀਦੇ ਕਿਸਾਨ ਬਰਿੰਦਰ ਸਿੰਘ ਦਾ ਮੰਨਣਾ ਸੀ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਤੇ ਕਾਂਗਰਸ ਪਾਰਟੀ ਸਿਆਸਤ ਦੀ ਖਾਤਰ ਕਿਸਾਨਾਂ ਨੂੰ ਗੁੰਮਰਾ ਕਰ ਰਹੀ ਹੈ ਜਿਹੜਾ ਕਿਸਾਨਾਂ ਦਾ ਬੇਏ ਮੈਂ ਐਮਐਸਪੀ ਦਾ ਉਹ ਕਲੀਅਰ ਕੀਤਾ ਤੇ ਜਿਹੜੀ ਐਮਐਸਪੀ ਹੈ ਉਹ ਖਤਮ ਨਹੀਂ ਹੋਊਗੀ ਮੰਡੀ ਬੋਰਡ ਨਹੀਂ ਟੁੱਟੂਗਾ ਕਿਸਾਨਾਂ ਨੂੰ ਬੇਫਿਕਰ ਹੋ ਕੇ ਜਿਸ ਤਰ੍ਹਾਂ ਹੁਣ ਸਾਡੀਆਂ ਸਰਕਾਰੀ ਏਜੰਸੀਆਂ ਐਫਸੀਆਈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖਰੀਦ ਕਰ ਰਹੀ ਹੈ ਇਹ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਕਿਤਾ ਐਮ ਐਸ ਪੀ ਵਾਰੇ ਜਿਹੜਾ ਮਤਲਬ ਲੋਕਾਂ ਚ ਡਰ ਫਲਾਇਆ ਜਾ ਰਿਹਾ ਹੈ ਐਮ ਐਸ ਪੀ ਖਤਮ ਹੋ ਜੂ ਸਰਕਾਰੀ ਮੰਡੀ ਟੁੱਟ ਜੂ ਉਹਨਾਂ ਨੇ ਦੱਸਿਆ ਬੜੇ ਵਿਸਤਾਰ ਨਾਲ ਦੱਸਿਆ ਵੀ ਇਹਦੇ ਪੈਰਲਲ ਇੱਕ ਸਿਸਟਮ ਖੜਾ ਕੀਤਾ ਐਮ ਐਸ ਪੀ ਜਾਂ ਸਰਕਾਰੀ ਮੰਡੀ ਨੂੰ ਕੋਈ ਖਤਰਾ ਨਹੀਂ ਔਰ ਨਾ ਹੀ ਕਿਸੇ ਕਿਸਾਨ ਨੂੰ ਕੋਈ ਜ਼ਬਰਦਸਤੀ ਹੈ ਉਹ ਆਪਣੀ ਫਸਲ ਜੇ ਸਰਕਾਰੀ ਮੰਡੀ ਚ ਪਹਿਲਾਂ ਦੀ ਤਰ੍ਹਾਂ ਵੇਚਣਾ ਚਾਹੁੰਦਾ ਤਾਂ ਉਹ ਵੇਚ ਸਕਦਾ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਬਿੱਲਾਂ ਦਾ ਸਮਰਥਨ ਕਰਦੇ ਸੀ ਕਿ ਕਿਸਾਨ ਹਤੈਸੀ ਬਿੱਲ ਨਹੀਂ ਇਹਨਾਂ ਨਾਲ ਜਿਹੜੀ ਕਿਸਾਨਾਂ ਦੀ ਆਮਦਨ ਆ ਉਹ ਵਧੂਗੀ ਕੋਈ ਵੀ ਇਹਨਾਂ ਦਾ ਬਿੱਲਾਂ ਦਾ ਕਿਸਾਨੀ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੈ ਭਾਰਤ ਨੇ ਕਿ ਕਿ ਉਸ ਦੇ ਅੰਦਰੂਨੀ ਮਾਮਲਿਆਂ ਚਪਟਨੀ ਕਰਨ ਦਾ ਚੀਨ ਕੋਲ ਕੋਈ ਅਧਿਕਾਰ ਨਹੀਂ ਚੀਨ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਪ ਨੇ ਕਿ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲਦਾਖ ਪਰਦੇ ਨਿਕੜਵੇਂ ਹਿੱਸੇ ਨੇ ਤੇ ਹਮੇਸ਼ਾ ਅਨਿਕੜਵੇਂ ਹਿੱਸੇ ਹੀ ਬਣੇ ਰਹਿਣਗੇ ਉਹਨਾਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵੀ ਭਾਰਤ ਦਾ ਅਹਿਮ ਹਿੱਸਾ ਹੈ ਇਸ ਬਾਰੇ ਜਾਣਕਾਰੀ ਉੱਚ ਪੱਧਰ ਦੀਆਂ ਮੀਟਿੰਗਾਂ ਸਮੇਤ ਕਈ ਮੌਕਿਆਂ ਤੇ ਚੀਨੀ ਧਿਰ ਨੂੰ ਬੜੇ ਸਾਫ਼ ਤੰਗ ਨਾਲ ਸਮਝਾਈ ਜਾ ਚੁੱਕੀ ਹੈ ਦੇਸ਼ ਮੰਤਰੀ ਅਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਜੇ ਕੋਈ ਦੇਸ਼ ਉਸ ਤੋਂ ਅਜਿਹੀ ਉਮੀਦ ਰੱਖਦਾ ਹੈ ਕਿ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਤਾਂ ਉਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਵੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਭਾਰਤ ਵੱਲੋਂ ਸਰਹੱਦੀ ਇਲਾਕਿਆਂ 'ਚ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਸਰਹੱਦੀ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਆਰਥਿਕ ਕਲਿਆਣ ਦੀ ਸੋਚ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ उन्होंने कहा कि सरकार सरहदी इलाकों के विकास वाल विशेष ध्यान दे रही है तो जो इन खेतर का माली विकास संभव हो सके देश की सुरक्षा से अजोके समय दौड़ों भी यकीनी बनाया जा सके The Union Territories of Jammu and Kashmir and Ladakh have been, are, and would remain an integral part of India. China has no locus standi to comment on India's internal matters. Arunachal Pradesh is also an integral and inalienable part of India. This fact Has also been clearly conveyed to the Chinese side on several occasions, including at the highest level. ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਕੌਮੀ ਸੁਰੱਖਿਆ ਸਹਾਇਕ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਦੋਹਾਂ ਦੇਸ਼ਾਂ ਵਿਚਾਲੇ ਗਲਬਦੀ ਇੱਛਾ ਜ਼ਾਹਿਰ ਕਰਦੇ ਇੱਕ ਸੁਨੇਹਾ ਭੇਜਿਆ ਸੀ ਵੀਡੀਓ ਕਾਨਫਰencing ਰਾਹੀਂ ਮੀਡੀਆ ਨੂੰ ਜਾਣਕਾਰੀ ਦਿੰਦੇ ਵਿਦੇਸ਼ ਮੰਤਰਾਲੇ ਦੇ ਬੁਲਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਵੱਲੋਂ ਭਾਰਤੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਬਾਰੇ ਜਾਣਕਾਰੀ ਹੈ ਇਸ ਦੌਰਾਨ ਪਾਕਿਸਤਾਨੀ ਅਧਿਕਾਰੀ ਨੇ ਜਿਹੜੀ ਗੱਲ ਕਹੀ ਹੈ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਹੈ ਉਨਾ ਕਿ ਕੀ ਪਾਕਿਸਤਾਨ ਚਪਨੀਆਂ ਕਰੇਲੂ ناکਾਮੀਆਂ ਤੋਂ ਉਥੋਂ ਦੀ ਜਨਤਾ ਦਾ ਧਿਆਨ ਹਟਾਉਣ ਅਤੇ ਹਰ ਰੋਜ਼ ਪਰ ਦੀ ਚਰਚਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਪਾਕਿਸਤਾਨ ਵੱਲੋਂ ਕੀਤੀ ਜਾਣਵਲੀ ਇੱਕ ਹੋਰ ਕੋਸ਼ਿਸ਼ ਹੈ। ਉਹਨਾਂ ਪਾਕਿਸਤਾਨ ਦੇ ਅਧਿਕਾਰੀ ਨੂੰ ਆਪਣੀ ਇਸਲਾ ਆਪਣੀ ਸਰਕਾਰ ਨੂੰ ਹੀ ਦੇਣ ਲਈ ਕਹੇ ਤੇ ਪਰ ਦੀ ਕਰੇਲੂ ਨੀਤੀਆਂ ਤੇ ਟਿੱਪਣੀ ਕਰਨ ਤੋਂ ਬਾਅਦ ਆਉਣ ਲਈ ਕਿ ਹੈ। ਅਨੁਰਾਗ ਸ਼੍ਰੀ ਵਾਸਵ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰੀ ਵੱਲੋਂ ਕੀਤੀਆਂ ਗਈਆਂ ਇਹ ਟਿੱਪਣੀਆਂ ਤੱਥਾਂ ਤੋਂ ਪਰੇ ਪੁਲੇਖਾ ਪੌਂਟ ਮਲੀਆਂ ਤੇ ਮਨ ਘੜਤ ਨੇ

ਉਲਾਰੀ ਨੇ ਕਿਹਾ ਕਿ ਪਾਕਿਸਤਾਨ ਪਰਦੇ ਦੇ ਖਿਲਾਫ ਸਰਹੱਦ ਪਾਰੋਂ ਅਤਵਾਦ ਨੂੰ ਹੱਲਾਸ਼ੀਰੀ ਦੇਣ ਲਈ ਲਗਾਤਾਰ ਉਪਰਾਲੇ ਜਾਰੀ ਰੱਖ ਰਿਹਾ ਹੈ ਉਸ ਵੱਲੋਂ ਅਤਵਾਦੀਆਂ ਨੂੰ ਮਦਦ ਦੇਣ ਲਈ ਐਲਓਸੀ ਤੇ ਬਿਨਾਂ ਕਾਰਨ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪਾਕਿਸਤਾਨੀ ਆਗੂਆਂ ਵੱਲੋਂ ਪਰਦੇ ਖਿਲਾਫ ਗੈਰ ਜ਼ਰੂਰੀ ਪੜਕਾਗੂ ਅਤੇ ਨਫ਼ਰਤ ਫੈਲਾਉਣ ਵਾਲੇ ਪਾਜਨਾ ਦਾ سلسلہ ਵੀ ਬੰਦ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਪਰਦੇ ਖਿਲਾਫਤਵਾਦ ਨੂੰ ਇਸ ਤਰ੍ਹਾਂ ਦਾ ਸਮਰਥਨ ਅਤੀਤ ਰਾਜਯੁਕਤ ਗਾਲੀ ਗਲੋਚ ਵਾਲੀ ਪਾਸ਼ਾ ਦੀ ਵਰਤੋਂ ਗਵਾਂਡੀਆਂ ਵਿਚਾਲੇ ਸੁਖਾਲੇ ਸਬੰਧ ਸਥਾਪਿਤ ਕਰਨ ਲਈ ਅਨੁਕੂਲ ਨਹੀਂ ਹੈ ته ایس دی نا لیک خبران ده بلٹن ختمه नमस्कार